ਪੰਜਾਬੀ ਦੀ ਇਸ ਵੀਡੀਓ ਦੇਖਦੇ ਜੀ ਸਾਰੇ ਹੀ ਮਾਪੇ ਸਾਹਿਬਾਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੇਰੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਬੇਟੇ। ਅੱਜ ਜਿਹੜੀ ਆਪਣੀ ਅਗਲੀ ਗਤੀਵਿਧੀ ਹੈ ਔਕੜ ਦੀ ਮਾਤਰਾ ਨਾਲ ਸੰਬੰਧਿਤ, ਉਹ ਹੈ ਸ਼ਬਦ ਪੜ੍ਹ ਕੇ ਤਸਵੀਰ ਬਣਾਓ। ਇਸ ਵਿੱਚ ਤੁਸੀਂ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਔਕੜ ਦੀ ਮਾਤਰਾ ਨਾਲ ਸੰਬੰਧਿਤ ਤਸਵੀਰਾਂ ਬਣਾਉਣੀਆਂ ਹਨ। ਸਭ ਤੋਂ ਪਹਿਲਾਂ ਆਪਣੇ ਕੋਲ ਜਿਹੜੀ ਤਸਵੀਰ ਦਾ ਸ਼ਬਦ ਹੈ ਉਹ ਹੈ ਪੁੱਲ, ਤਾਂ ਆਪਾਂ ਪੁੱਲ ਦੀ ਤਸਵੀਰ ਬਣਾਵਾਂਗੇ। ਤੁਸੀਂ ਪੁੱਲ ਦੀ ਤਸਵੀਰ ਬਣਾਉਣੀ ਹੈ। ਨੰਬਰ ਦੋ ਤੇ ਆਪਣੇ ਕੋਲ ਜਿਹੜਾ ਸ਼ਬਦ ਹੈ ਉਹ ਹੈ ਗੁਲਾਬ, ਆਉਣੇ ਨਾਲ ਆਪਾਂ ਗੁਲਾਬ ਦੀ ਤਸਵੀਰ ਬਣਾਈਏ। ਉਸ ਤੋਂ ਬਾਅਦ ਜਿਹੜੀ ਅਗਲੀ ਸ਼ਬਦ ਹੈ ਉਹ ਹੈ ਆਪਣੇ ਕੋਲ ਜੁਰਾਬ। ਅੱਗੇ ਹੈ ਆਪਣੇ ਕੋਲ ਰੁਮਾਲ, ਇਸ ਤਰ੍ਹਾਂ ਤੁਸੀਂ ਰੁਮਾਲ ਦੀ ਤਸਵੀਰ ਬਣਾਉਣੀ ਹੈ। ਨੰਬਰ 6 ਤੇ ਹੈ ਆਪਣੇ ਕੋਲ ਪੁਸਤਕ, ਕਿਤਾਬ, ਇਸ ਤਰ੍ਹਾਂ ਬੇਟੇ ਤੁਸੀਂ ਕਿਤਾਬ ਦੀ ਤਸਵੀਰ ਬਣਾਉਣੀ ਹੈ। ਆਓ ਮੇਰੇ ਨਾਲ ਆਪਾਂ ਇੱਕ ਵਾਰੀ ਫਿਰ ਤੋਂ ਦੇਖੀਏ। ਸਭ ਤੋਂ ਪਹਿਲਾਂ ਹੈ ਪੁੱਲ, ਫਿਰ ਉਸ ਤੋਂ ਬਾਅਦ ਹੈ ਗੁਲਾਬ, ਨੰਬਰ 3 ਤੇ ਹੈ ਗੁੜ, ਨੰਬਰ 4 ਤੇ ਹੈ ਜੁਰਾਬ, ਨੰਬਰ 5 ਤੇ ਰੁਮਾਲ, ਨੰਬਰ 6 ਤੇ ਹੈ ਪੁਸਤਕ। ਇਸ ਤਰ੍ਹਾਂ ਤਸਵੀਰਾਂ ਤੁਸੀਂ ਬਣਾਉਣੀਆਂ ਹਨ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਇਹ ਕੰਮ ਸਮਝ ਆ ਗਿਆ ਹੋਵੇਗਾ। ਅਗਲੀ ਗਤੀਵਿਧੀ ਨਾਲ ਆਪਾਂ ਫਿਰ ਤੋਂ ਮਿਲਦੇ ਹਾਂ। ਤਦ ਤੱਕ ਲਈ ਬਾਏ, ਤੁਹਾਡਾ ਦਿਨ ਸ਼ੁਭ ਰਹੇ।